ਜੀ ਇਸ ਵੇਲੇ ਪਹੁੰਚ ਚੁੱਕੇ ਹਾਂ ਅਸੀਂ ਸ਼ਾਹੀ ਹਮਾਮ ਦੇ ਵਿੱਚ, ਜਿਹੜਾ ਕਿ ਬੀਬੀਆਂ ਦਾ ਹਮਾਮ ਸੀ, ਜਿੱਥੇ ਕਿ ਫੀਮੇਲਸ ਜਿਹੜੀਆਂ ਸਨ ਸਿਰਫ ਉਹੀ ਬਾਥ ਲੈਂਦੀਆਂ ਸੀ। ਤੁਸੀਂ ਇਹ ਦੇਖੋ, ਉਸ ਦੌਰ ਦੇ ਕਾਪਰ ਦੇ ਬਣੇ ਹੋਏ ਪਾਈਪ ਜਿਹੜੇ ਨੇ, ਔਰ ਮਾਰਬਲ ਦੇ ਬਣੇ ਹੋਏ ਪਾਈਪਸ ਜਿਹੜੇ ਨੇ, ਉਹਨਾਂ ਗਰਮ ਔਰ ਠੰਡਾ ਪਾਣੀ ਜਿਹੜਾ ਇੱਥੋਂ ਆਉਂਦਾ ਸੀ। ਆਹ ਦੇਖ ਲਓ, ਠੀਕ ਹੈ ਜੀ, ਆਹ ਥੱਲੇ ਪਰਸ਼ੀਅਨ ਬਾਥ, ਸਿਟਿੰਗ ਬਾਥ ਹੈ, ਕਿਉਂਕਿ ਰੀਸਟੋਰੇਸ਼ਨ ਚੱਲ ਰਹੀ ਹੈ ਇਹਦੀ, ਅਤੇ ਇਸ ਵਾਸਤੇ ਆਮ ਪਬਲਿਕ ਵਾਸਤੇ ਬਹੁਤ ਜ਼ਿਆਦਾ ਓਪਨ ਨਹੀਂ ਹੈਗਾ ਜੀ। ਕਿਲ੍ਹਾ ਛੱਤ ਹੈ ਜੀ ਇਹਦੀ, ਠੀਕ ਹੈ ਜੀ। ਇਹ ਕੋਈ ਹੀਟਿੰਗ ਦਾ ਸਿਸਟਮ ਹੈ ਇੱਥੇ? ਇਸ ਜਗ੍ਹਾ 'ਤੇ ਵਾਲ ਡਰਾਈ ਸਿਸਟਮ ਹੈ, ਹੇਅਰ ਡਰਾਈ, ਯਾਨੀ ਕਿ ਉਹਦਾ ਸੀ ਵਾਲ ਸੁਕਾਉਣ ਦਾ, ਕਿ ਜਲਦੀ ਨਾਲ ਅਗਰ ਮੀਟਿੰਗ ਆ ਗਈ ਹੈ, ਠੀਕ ਹੈ ਜੀ, ਰਾਣੀ ਮਹਾਰਾਣੀ ਨੇ ਇਸ਼ਨਾਨ ਕਰਨਾ, ਉਹ ਕਿੱਥੇ ਕਰੇਗੀ? ਇੱਥੋਂ ਫੌਰਨ, ਜਿਹੜਾ ਅਸੀਂ ਤੁਹਾਨੂੰ ਥੱਲੇ ਦਿਖਾਇਆ, ਇੱਥੋਂ ਆ ਕੇ ਫੌਰੀ ਤੌਰ ਦੇ ਉੱਤੇ ਮੂੰਹ ਧੋਇਆ ਜਾ ਸਕਦਾ। ਸਟੀਮ ਦਾ ਸਿਸਟਮ ਸੀ ਜੀ ਪੂਰਾ, ਉਸ ਦੌਰ ਦੇ ਵਿੱਚ ਵੀ ਇਸ ਚੀਜ਼ ਦਾ ਰੱਖ ਰਖਾਓ ਰੱਖਿਆ ਗਿਆ ਸੀ ਪੂਰਾ। ਸ਼ਾਹੀ ਹਮਾਮ ਹੈ ਜੀ ਇਹ, ਫੀਮੇਲ ਸ਼ਾਹੀ ਹਮਾਮ ਕਹਿ ਲਓ ਤੁਸੀਂ। ਠੀਕ ਹੈ ਜੀ, ਹਵਾ ਦੇ ਨਾਲ ਡਰਾਈ, ਵਾਲ ਡਰਾਈ ਕੀਤੇ ਜਾਂਦੇ ਸੀ। ਉਹ ਇਹ ਜਗ੍ਹਾ ਹੈ ਜੀ, ਇਹ ਦੇਖੋ ਤੁਸੀਂ, ਇੱਥੋਂ ਹੁਣੇ ਹਵਾ ਚੱਲ ਰਹੀ ਹੈ, ਇਹਦਾ ਮਤਲਬ ਹੈ ਕਿ ਜਲਦੀ ਜਲਦੀ ਵਾਲ ਸੁਕਾਉਣ ਵਾਸਤੇ ਇਹ ਜਗ੍ਹਾ ਨੂੰ ਯੂਜ਼ ਕੀਤਾ ਜਾਂਦਾ ਸੀ। ਉਹ ਨਾਲ ਫਿਰ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਹਾਂ ਜੀ, ਇਹ ਹੈ ਜੀ ਸ਼ਾਹੀ ਬਾਥ ਰੂਮ ਜਿਹੜਾ ਉਹ ਹੈ। ਇਹ ਸਾਈਡ ਰੂਮਸ ਨੇ, ਔਰ ਅੱਗੇ ਤੁਸੀਂ ਦੇਖ ਰਹੇ ਹੋ ਸ਼ੀਸ਼ ਮਹਿਲ, ਖੁਆਬਗਾਹਾਂ, ਪਰਫੋਰਮਿੰਗ ਆਰਟਸ ਪਲੇਸ, ਚੇਂਜਿੰਗ ਰੂਮ। ਇੱਥੋਂ ਅੱਗੇ ਟਾਇਲਟ ਸੀ ਜਿਹੜਾ ਰਸਤਾ ਬੰਦ ਕੀਤਾ ਹੋਇਆ ਜੀ। ਇਹ ਚਿਮਨੀ ਇੱਕ ਹੈ, ਇਹ ਦੂਸਰੀ ਫਾਇਰ ਪਲੇਸ ਹੈ। ਆਹ ਕਹਿ ਲਓ ਜੀ, ਔਰ ਵਾਲ ਸਿਟੀ ਅਥਾਰਟੀ ਜਿਹੜੀ ਹੈ ਹੁਣ ਕਾਫੀ ਜ਼ਿਆਦਾ ਇੰਟਰਸਟ ਲੈ ਰਹੀ ਹੈ ਗਵਰਨਮੈਂਟ ਆਫ ਪਾਕਿਸਤਾਨ, ਕਿ ਇਹਨਾਂ ਚੀਜ਼ਾਂ ਨੂੰ ਇਹਨਾਂ ਦੀ ਅਸਲ ਹਾਲਤ ਦੇ ਵਿੱਚ ਲੈ ਕੇ ਆ ਜਾਏ। ਪਰ ਸਾਲਾਂ ਸਾਲ ਲੱਗਦੇ ਨੇ ਫਿਰ ਜਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ। ਕਈ ਵਾਰੀ ਇੱਕ ਵਾਲ ਦੇ ਉੱਤੇ ਵੀ ਪੂਰਾ ਸਾਲ ਲੱਗ ਸਕਦਾ ਹੈ। ਪਿੱਛੇ ਬਾਦਸ਼ਾਹੀ ਮਸਜਿਦ ਦੇ ਮੀਨਾਰ ਨਜ਼ਰ ਆ ਰਹੇ ਨੇ। ਹਾਂਜੀ ਜੀ, ਇਹ ਬਹੁਤ ਹੀ ਪਿਆਰਾ ਇੱਕ ਝਰਨਾ ਹੈ ਜੀ। ਇਹਦਾ ਪਾਣੀ ਹੇਠੋਂ ਹੁੰਦਾ ਹੋਇਆ ਇਸ ਜਗ੍ਹਾ ਦੇ ਉੱਤੇ ਆ ਕੇ ਸਟੈਪਸ ਵਿੱਚ ਇੱਥੋਂ ਇਹ ਜਾਂਦਾ ਹੈ ਜੀ ਪਰਫੋਰਮਿੰਗ ਵਾਲੀ ਜਗ੍ਹਾ 'ਤੇ, ਸਿਟਿੰਗ ਡੈਕ ਦੇ ਉੱਤੇ। ਪਰਫੋਰਮਿੰਗ ਆਰਟਸ ਜਿੱਥੇ ਕੀਤੀ ਜਾਂਦੀ ਸੀ, ਜਿੱਥੇ ਜਿਹੜੇ ਆਰਟਿਸਟ ਹੁੰਦੇ ਸੀ ਉਸ ਵੇਲੇ ਦੇ। ਬਹੁਤ ਹੀ ਪਿਆਰਾ ਪੂਲ ਹੈ ਜੀ, ਇਹ ਦੇਖਣ ਯੋਗ ਹੈ ਅੱਜ ਵੀ। ਰਾਊਂਡ ਰੇਡੀਅਸ 'ਚ ਬਣਿਆ ਹੋਇਆ, ਠੀਕ ਹੈ ਜੀ। ਇੱਥੇ ਕਦੀ ਫਾਉਂਟੇਨਸ ਹੁੰਦੇ ਸੀ, ਇੱਕ ਪਾਣੀ ਦਾ ਝਰਨਾ ਇਸ ਪਾਸੋਂ ਵੀ ਆਉਂਦਾ, ਤੁਸੀਂ ਦੇਖ ਸਕਦੇ ਹੋ। ਔਰ ਮਾਰਬਲ ਦਾ ਫਲੋਰ ਬਹੁਤ ਹੀ ਸੋਹਣਾ, ਬੁਰਜ ਆਫ ਲਾਹੌਰ, ਇਹ ਬੁਰਜ ਦੱਸਿਆ ਜਾਂਦਾ ਜੀ ਜਿੱਥੇ ਮਹਾਰਾਜਾ ਦੀ ਡੈਥ ਹੋਈ ਸੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਚਲਾਣਾ ਕੀਤਾ ਸੀ। ਅੰਦਰ ਸ਼ੀਸ਼ ਮਹਿਲ, ਬੀਬੀਆਂ ਦੇ ਬਾਥਰੂਮ, ਸ਼ਿੰਗਾਰ ਰੂਮ, ਨੌਲੱਖਾ ਪਵੇਲੀਅਨ,
एक वाटर चैनल इधरों भी आ रहा है, एक वाटर चैनल इस पास भी आ रहा जिहड़ा कि महाराजा रणजीत सिंह दे अठ दरे नूं जांदा है। इत्थों अंदर रस्ता सी अंदरों अंदर पहले जिथों कि महाराजा रणजीत सिंह तैयार होकर अपने दरबार से जाता से मत्था टेकन तो बाद गुरु महाराज नूं